ਅਪ੍ਰੈਲ ਨੂੰ ਆਈਪੀਐਲ ਦਾ ਸੈਕੰਡ ਮੈਚ ਹੈ ਮੋਹਾਲੀ ਦੇ ਵਿੱਚ ਔਰ ਫਰਸਟ ਮੈਚ ਦੇ ਵਿੱਚ ਵੀ ਬੜੇ ਫੁੱਲ ਪ੍ਰੂਫ ਅਰੇਂਜਮੈਂਟਸ ਕੀਤੇ ਗਏ ਸੀ ਪੁਲਿਸ ਵੱਲੋਂ ਔਰ ਸੈਕੰਡ ਮੈਚ ਵਾਸਤੇ ਵੀ ਅਸੀਂ ਪੂਰੇ ਅਰੇਂਜਮੈਂਟਸ ਆਪਣੇ ਕਰ ਲਏ ਹੈ 3 ਟਾਇਰ ਸਿਕਿਉਰਿਟੀ ਜਿਹੜੀ ਉਹ ਲਾਈ ਗਈ ਹੈ ਇੱਕ ਬਾਹਰ ਸਟੇਡੀਅਮ ਦੇ ਇੱਕ ਐਂਟਰੀ ਜਿਹੜੀ ਸਟੇਡੀਅਮ ਦੀ ਉੱਥੇ ਤੇ ਥਰਡ ਇਨਸਾਈਡ ਦੀ ਸਟੇਡੀਅਮ ਇਸ ਤੋਂ ਇਲਾਵਾ ਅਸੀਂ ਸਪੈਸ਼ਲ ਪਾਰਟੀਆਂ ਜਿਹੜੀਆਂ QRTs ਐ ਕੁਕ ਕਰੈਕਸ਼ਨ ਟੀਮਸ ਨੇ ਫਲਾਈਂਗ ਸਕਵਾਡਸ ਨੂੰ ਬਣਾਏ ਗਏ ਨੇ ਔਰ ਮੇਨ ਸਾਡਾ ਫੋਕਸ ਹੈ ਸਿਕਿਉਰਿਟੀ ਔਰ ਟ੍ਰੈਫਿਕ ਤਾਂ ਕਿ ਲੀਸਟ ਇਨਕਨਵੀਨੈਂਸ ਹੋਵੇ ਲੋਕਾਂ ਨੂੰ ਤੋਂ ਔਰ ਸਾਰੇ ਫੋਰਸ ਨੂੰ ਬਰੀਫ ਕੀਤਾ ਗਿਆ ਕੁਝ ਲੋਕੇਸ਼ਨ ਨੂੰ ਹੋਣ ਕਰਕੇ ਇਸ ਤਰ੍ਹਾਂ ਦੀ ਸਟੇਡੀਅਮ ਦੀ ਕੁਝ ਏਰੀਆਜ਼ ਨੂੰ ਜਿਹੜੇ ਬਿਲਕੁਲ ਡਜੋਇਨਿੰਗ ਉਹਨਾਂ ਨੂੰ ਸਪੈਸ਼ਲ ਪਾਸ ਦਿੱਤੇ ਗਏ ਨੇ ਸੋ ਦੈਟ ਰੈਜ਼ਿਡੈਂਟਸ ਜਿਹੜੇ ਐ ਉਹ ਤਕਲੀਫ ਨਾ ਹੋਵੇ ਉਹਨਾਂ ਨੂੰ ਆਉਣ ਜਾਣ ਦੀ ਔਰ ਇਸ ਤੋਂ ਇਲਾਵਾ ਕੁਝ ਸੜਕਾਂ ਦੇ ਉੱਤੇ ਡਾਇਵਰਸ਼ਨਸ ਦਿੱਤੀਆਂ ਟ੍ਰੈਫਿਕ ਪਲਾਨ ਜਿਹੜਾ ਉਹ ਆਊਟ ਕੀਤਾ ਗਿਆ ਸੋ ਇਸੇ ਕਰਕੇ ਲੋਕਾਂ ਨੂੰ ਵੀ ਇਹ ਮੇਰੀ ਰਿਕੁਐਸਟ ਹੈ ਕਿ ਉਹ ਕੋਆਪਰੇਟ ਕਰਨ ਸਾਡਾ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਨਾਲ ਸੋ ਦੈਟ ਅਪਾਏ ਨੂੰ ਸੁਖਾਵੇਂ ਮੋਹਾਲ ਦੇ ਵਿੱਚ ਸਾਰਾ ਕੰਮ ਕਰ ਸਕੀਏ ਇਸ ਤੋਂ ਇਲਾਵਾ ਜਿਹੜੀ ਮੇਨ ਗੱਲ ਹੈ ਉਹ ਮੈਂ ਸਾਰੇ ਜਿਹੜੇ ਮੈਚ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਅਪੀਲ ਕਰਾਂਗਾ ਇੱਕ ਤਾਂ ਜੋ ਟਿਕਟ ਦੇ ਉੱਤੇ ਲਿਖਿਆ ਗਿਆ ਹੈ ਯਾ ਜੋ ਵੀ ਉਹਨਾਂ ਨੂੰ ਇਨਵੀਟੇਸ਼ਨ ਗਿਆ ਕਿ ਕਿਹੜੀ ਕਿਹੜੀ ਚੀਜ਼ਾਂ ਵਰਜਿਤ ਨੇ ਉਹ ਨਹੀਂ ਕੈਰੀ ਕਰਨੀਆਂ ਉਹ ਬਿਲਕੁਲ ਨਾ ਕੈਰੀ ਕਰਨ ਔਰ ਦੂਸਰੀ ਗੱਲ ਜਿਹੜੀ ਮੋਸਟ ਇੰਪੋਰਟੈਂਟ ਹੈ ਅਨ ਵਾਂਟਡ ਲੋਕ ਤੁਸੀਂ ਆਪਣੇ ਨਾਲ ਕੈਰੀ ਨਾ ਕਰੋ ਜਿਵੇਂ ਕਾਰ ਦੇ ਵਿੱਚ ਆਪਣੇ ਕੋਲ ਚਾਰ ਲੋਕਾਂ ਕੋ ਪਾਸ ਹੈ ਪੰਜਵਾਂ ਬੰਦਾ ਐਕਸਟਰਾ ਬੈਠਾ ਆ ਲਿਆ ਵੀ ਉੱਥੇ ਜਾ ਕੇ ਦੇਖ ਲਾਂਗੇ ਥੈਟ ਅਸੀਂ ਬਹੁਤ ਸਟ੍ਰਿਕਟਾਂ ਔਰ ਮੈਂ ਕਲੀਅਰਲੀ ਤੁਹਾਡੇ ਥਰੂ ਦੱਸਣਾ ਚਾਹੁੰਨਾ ਸਭ ਨੂੰ ਉਸ ਉਹ ਮਾਈਂਡ ਨਾ ਕਰਨ ਅਸੀਂ ਉਹਨਾਂ ਨੂੰ ਅੱਗੇ ਨਹੀਂ ਆਉਣ ਦਵਾਂਗੇ ਨਾਕਿਆਂ ਤੋਂ ਜਿਹੜਾ ਐਕਸਟਰਾ ਆਉਂਦੀ ਹੈ ਸੋ ਪਹਿਲਾਂ ਹੀ ਆਪਣੇ ਘਰ ਤੋਂ ਇਹ ਗੱਲ ਆ ਕੇ ਆਓ ਜਿਹਦੇ ਕੋਲ ਵੈਲਿਡ ਪਾਸ ਹੈ ਵੈਲਿਡ ਇਨਵੀਟੇਸ਼ਨ ਹੈ ਉਹੀ ਬੰਦਾ ਅੱਗੇ ਆਵੇ ਉਸ ਤੋਂ ਇਲਾਵਾ ਜਿਹੜੀ ਪਾਰਕਿੰਗਸ ਦੇ ਵਿੱਚ ਵੀ ਸਾਰੀਆਂ ਲਾਈਟਾਂ ਦਾ ਅਰੇਂਜਮੈਂਟ ਹੋਰ ਸਾਰਾ ਕੀਤਾ ਗਿਆ ਅਸੀਂ ਇੱਕ ਇੱਕ ਗੱਡੀ ਜਿਹੜੀ ਹੈ ਉਹਨੂੰ ਮਾਰਕ ਕਰਾਂਗੇ ਤਾਂ ਕਿ ਕੋਈ ਵੀ ਅਬੈਂਡਨਡ ਵਹੀਕਲ ਉੱਥੇ ਖੜੀ ਨਾ ਕਰ ਜਾ ਕਿ ਔਰ ਜਿਹੜਾ ਵੀ ਮਾਲਕ ਹੈ ਉਹ ਸਾਡੀ ਇੱਕ ਸਪੈਸ਼ਲ ਟੀਮ ਉਹਨਾਂ ਦੇ ਫੋਟੋਗ੍ਰਾਫਸ ਤੇ ਉਹ ਸਾਰਾ ਰੱਖੇਗੀ ਸੋ ਥੈਟ ਓਵਰਆਲ ਸਿਕਿਉਰਿਟੀ ਰਵੇ ਸੋ ਪਬਲਿਕ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਤੁਸੀਂ ਡਾਇਵਰਸ਼ਨ ਰੂਟ ਜੋ ਜਾਰੀ ਕੀਤਾ ਜਾ ਰਿਹਾ ਉਹ ਨੂੰ ਤੁਸੀਂ ਫਾਲੋ ਕਰੋ ਔਰ ਵਧੀਆ ਤਰੀਕੇ ਨਾਲ ਆਪਣੇ ਮੈਚ ਦਾ ਆਨੰਦ ਮਾਣੋ ਪਟੇ ਨੇ ਵੈਰੀ ਡਿਸਪਲਾਈਨਡ ਵੇ ਸੋ ਥੈਟ ਲੋਕਾਂ ਨੂੰ ਵੀ ਇਨਕਨਵੀਨੈਂਸ ਨਾ ਹੋਵੇ ਔਰ ਤੁਹਾਡੀ ਆਪਣੀ ਸੁਰੱਖਿਆ ਵੀ ਇਸ ਤਰ੍ਹਾਂ ਦੀ ਨਾ ਹੋਵੇ ਜਿਹੜੀ ਪੁਲਿਸ ਦੀ ਸਾਡੀ ਡਿਪਲॉयਮੈਂਟ ਹੈ ਉਹ ਜਿਹੜੀ ਸਾਰੀ ਜਗ੍ਹਾ ਉਹਨਾਂ ਨੂੰ ਸਮਝਾਇਆ ਗਿਆ ਕਿ ਉਹ ਬਿਲਕੁਲ ਲੋਕਾਂ ਨਾਲ ਅੱਛੀ ਤਰ੍ਹਾਂ ਵਿਹਾਰ ਕਰਨਗੇ ਐਂਡ ਟੌਪ ਪ੍ਰਾਇੋਰਟੀ ਇਜ਼ ਸਿਕਿਉਰਿਟੀ ਐਂਡ ਟ੍ਰੈਫਿਕ ਔਰ ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਇਹ ਮੈਚ ਵੀ ਬਹੁਤ ਵਧੀਆ ਸਕਾਵੇਂ ਮਾਹੌਲ ਚ ਔਰ ਅੱਛੀ ਤਰੀਕੇ ਨਾਲ ਹੋਏਗਾ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਕਰਨਾ ਚਾਹੁੰਦਾ ਕਿ ਮੁਹਾਲੀ ਐਸਐਸਪੀ ਸਾਡੇ ਡਾਕਟਰ ਸੰਦੀਪ ਗਰਗ ਜੀ ਉਹਨਾਂ ਨੇ ਸਾਰਾ ਬੇਸਿਕ ਪਲੈਨਿੰਗ ਕੀਤੀ ਹੈ ਤੇ ਉਹਨਾਂ ਦੀ ਏਰੀਆ ਵੀ ਹੈ ਕਿਉਂਕਿ ਲਾਅ ਐਂਡ ਆਰਡਰ ਦਾ ਵੀ ਜਿਹੜਾ ਸਾਰਾ ਇੰਪੋਰਟੈਂਟ ਇੱਕ ਸਾਡੇ ਕੋਲ ਇਸ਼ੂ ਹੈ ਸੋ ਅਸੀਂ ਇਹ ਐਸਐਸਪੀ ਪਟਿਆਲਾ ਮਿਸਟਰ ਵਰਨ ਸ਼ਰਮਾ ਦੀ ਵੀ ਸਰਵਿਸਿਜ਼ ਡੀਜੀ ਸਾਹਿਬ ਵੱਲੋਂ ਆਰਡਰ ਹੋਏ ਨੇ ਉਹ ਵੀ ਸਾਡੇ ਨਾਲ ਸਕਿਉਰਿਟੀ ਦੇ ਮੈਚ ਦੇ ਵਿੱਚ ਆਪਣਾ ਹਾਜ਼ਰ ਰਹਿਣਗੇ ਸਾਡੇ ਕੋਲ ਐਮਪਲ ਫੋਰਸ ਹੈ ਔਰ ਇਸ ਤੋਂ ਇਲਾਵਾ ਲਾਅ ਐਂਡ ਆਰਡਰ ਵਾਸਤੇ ਕੋਈ ਕਾਨੂੰਨ ਆਪਣੇ ਹੱਥ 'ਚ ਨਾ ਲਵੇ ਔਰ ਕਿਸੇ ਤਰ੍ਹਾਂ ਦਾ ਮੈਚ ਦੀ ਡਿਸਰਪਸ਼ਨ ਕਿਸੇ ਕੀਮਤ ਤੇ ਅਸੀਂ ਅਲਾਉ ਨਹੀਂ ਕਰਨੀ ਔਰ ਬਿਲਕੁਲ ਪਖਤਾ ਪ੍ਰਬੰਧ ਕੀਤੇ ਗਏ ਨੇ ਔਰ ਵੀਲ ਮੇਕ ਸ਼ੋਰ ਕਿ ਬੜੇ ਅੱਛੇ ਵਧੀਆ ਮਾਹੌਲ ਦੇ ਵਿੱਚ ਇਹ ਮੈਚ ਹੋ